ਫੀਲਿੰਗਸ ਜਿਹੜੀਆਂ ਨੇ ਔਰ ਉਹ ਸ਼ਾਇਰ ਤੇ ਫੀਲਿੰਗਸ ਦੇ ਨਾਲ ਖੇਡਣਾ ਫੀਲਿੰਗਸ ਨੂੰ ਐਕਸਪ੍ਰੈਸ ਕਰਨਾ ਜਾਣਦਾ ਹੈ ਔਰ ਉਹਨੂੰ ਪਤਾ ਹੈ ਕਿ ਪਿੰਚਿੰਗ ਪੁਆਇੰਟ ਤੇ ਕਿੱਥੇ ਪਹੁੰਚ ਕੇ ਦੂਸਰੇ ਦੇ ਦਿਲ 'ਚ ਗੱਲ ਚੀਜ਼ ਚੁੱਭ ਜਾਏਗਾ ਜਾਂ ਤੀਰ ਚੁੱਭ ਜਾਏਗਾ ਅਤੇ ਉਹ ਫਿਰ ਉਹ ਪ੍ਰੋਡਕਸ਼ਨ ਤਕਨੀਕੀ ਅਮਲ ਜਿਸ ਵਕਤ ਆਉਂਦਾ ਹੈ ਟੀ ਵੀ ਪ੍ਰੋਡਕਸ਼ਨ ਦੀ ਖਾਸ ਤੌਰ 'ਤੇ ਗੱਲ ਕਰਾਂਗੀ ਫਿਰ ਉਹ ਉਸ ਪੁਆਇੰਟ 'ਤੇ ਲੈ ਆਉਂਦਾ ਨਾਜ਼ਰ ਨੂੰ ਵੀ ਅਗਰ ਉਹ ਆਪਣੇ ਕੰਮ ਨੂੰ ਜਾਣਦਾ ਹੈ ਠੀਕ ਔਰ ਉਹਨੂੰ ਗ੍ਰਿਪ ਹੈ ਤੇ ਉਹ ਜ਼ਰੂਰ ਲੈ ਆਉਂਦਾ ਠੀਕ ਲੇਕਿਨ ਇਹ ਗੱਲ ਤਾਂ ਐਵੇਂ ਕਿ ਉਹ ਦੀਆ ਉਹ ਦੀਵਾ ਜਿਹੜਾ ਕਿ ਇਨਸਾਨ ਦੇ ਜ਼ਿਹਨ 'ਚ ਬਲ ਰਿਹਾ ਹੁੰਦਾ ਨਾ ਉਨੀ ਰੋਸ਼ਨੀ ਨਾ ਕਾਗਜ਼ 'ਤੇ ਆਉਂਦੀ ਹੈ ਅਤੇ ਨਾ ਇਹ ਕੈਮਰੇ ਦੇ ਜ਼ਰੀਏ ਆਦਮੀ ਨੂੰ ਕੈਪਚਰ ਕਰ ਸਕਦਾ ਉਹ ਜਿਹੜੀ ਰੋਸ਼ਨੀ ਇੱਥੇ ਨਾ ਜੋ ਮੈਂ ਮਹਿਸੂਸ ਕਰ ਰਿਹਾ ਜੋ ਕੈਫੀਅਤ ਮੈਂ ਫੀਲ ਕਰ ਰਿਹਾ ਉਹ ਨਾ ਤਾਂ ਮੈਂ ਕਿਸੇ ਲਫ਼ਜ਼ ਬਿਆਨ ਕਰ ਸਕਦਾ ਨਾ ਕਿਸੇ ਕੈਮਰੇ ਨਾਲ ਵਿਖਾ ਸਕਦਾ ਉਹ ਕੈਫੀਅਤ ਐਵੇਂ ਕੋਈ 40-50-60% ਉਸ ਕੈਫੀਅਤ ਨੂੰ ਅਲਫਾਜ਼ ਦਾ ਲਿਬਾਸ ਨਹੀਂ ਪਾਇਆ ਜਾ ਸਕਦਾ ਨਹੀਂ ਪਾਇਆ ਜਾ ਸਕਦਾ ਠੀਕ ਔਰ ਨਾ ਹੀ ਕਿਸੇ ਕੈਮਰੇ ਦੇ ਸ਼ਾਰਟ ਨਾਲ ਉਸ ਕੈਫੀਅਤ ਨੂੰ ਤੁਸੀਂ ਬਿਆਨ ਕਰ ਸਕਦੇ ਹੋ ਬਸ ਸਿੰਬੋਲਿਕਲ ਹੈ ਤੁਸੀਂ ਦੇਖੋ ਤੁਸੀਂ ਕਹਿੰਦੇ ਜੀ ਮੇਰੇ ਦਿਲ ਮੇ ਆਗ ਲੱਗੀ ਹੋਈ ਹੈ ਤੁਸੀਂ ਜ਼ਿਆਦਾ ਜ਼ਿਆਦਾ ਕੀ ਕਰੋਗੇ ਇੱਕ ਸ਼ਾਰਟ ਲਓਗੇ ਬੰਦੇ ਦਾ ਉਹਨੂੰ ਡਿਸੋਲਵ ਕਰੋਗੇ ਤੇ ਅੱਗ ਦਿਖਾ ਦਿਓਗੇ ਜਾਂ ਕੀ ਕਰੋਗੇ ਉਹਦਾ ਉਹਦਾ ਤਾਂ ਇੰਪ੍ਰੈਸ਼ਨ ਉਸ ਤਰ੍ਹਾਂ ਨਹੀਂ ਆਏਗਾ ਉਹ ਤਾਂ ਨਹੀਂ ਆਏਗਾ ਨਾ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਹੁਣ ਤੁਸੀਂ ਅਗਰ ਕੋਈ ਚੀਜ਼ ਸੋਚਦੇ ਹੋ ਮੁਹੱਬਤ ਦੇ ਬਾਰੇ 'ਚ ਪਿਆਰ ਦੇ ਬਾਰੇ 'ਚ ਮਸਲ ਮੈਂ ਤੁਹਾਨੂੰ ਆਪਣਾ ਇੱਕ ਸ਼ੇਅਰ ਸੁਣਾਉਣਾ ਕਿ ਜਬ ਚਾਏ ਮੇਂ ਮਿਠਾਸ ਮਿਲਾਤੇ ਥੇ ਤੇਰੇ ਹਾਥ ਜਬ ਚਾਏ ਮੇਂ ਮਿਠਾਸ ਮਿਲਾਤੇ ਥੇ ਤੇਰੇ ਹਾਥ ਮਿਲਾਤੇ ਥੇ ਤੇਰੇ ਹਾਥ ਵੋ ਕਪ ਮੁਹੱਬਤੋਂ ਕਾ ਸਮੁੰਦਰ ਲਗਾ ਮੁਝੇ ਬਹੁਤ ਅਸੀਂ ਦੇਖੋ ਨਾ ਹੁਣ ਗੱਲ ਤੇ ਇਹ ਨਹੀਂ ਕਿ ਉਹ ਚਾਏ 'ਚ ਉਹਦਾ ਮਹਿਬੂਬ ਜਾਂ ਮਹਿਬੂਬਾ ਚਾਏ ਮਿਲਾ ਰਹੀ ਹੈ ਚੀਨੀ ਠੀਕ ਲੇਕਿਨ ਸ਼ਾਇਦ ਕੀ ਮਹਿਸੂਸ ਕਰ ਰਿਹਾ ਹੁਣ ਲੱਗ ਰਿਹਾ ਕਿ ਚਾਹ ਦਾ ਕੱਪ ਨਹੀਂ ਰਹਿ ਗਿਆ ਹੁਣ ਇਹ ਮੇਰੇ ਮਹਿਬੂਬ ਦੇ ਹੱਥਾਂ ਦੇ ਲਮਸ ਨਾਲ ਇੱਕ ਸਮੁੰਦਰ ਹੈ ਮੁਹੱਬਤ ਦਾ ਜਿਹੜਾ ਕਿ ਮੈਂ ਆਪਣੇ ਅੰਦਰ ਲੈ ਜਾਵਾਂਗਾ ਠੀਕ ਲਿਖਣ ਦੇ ਬਾਵਜੂਦ ਸ਼ੇਰ ਤਸ਼ਨਾ ਰੋਜ਼ਗਾਰ ਦੇ ਮਾਮਲਾਤ ਵੀ ਨਾਲ ਨੇ ਲੇਕਿਨ ਜਿਸ ਵਕਤ ਤੁਸੀਂ ਬਹੁਤ ਸਾਰੇ ਅਦਬੀ ਲੋਕਾਂ ਦੇ ਨਾਲ ਉੱਠਣ ਬੈਠਣ ਰੱਖਦੇ ਹੋ ਕਿਸ ਕਦਰ ਸਿੱਖ ਪਾਉਂਦੇ ਹੋ ਉਸ ਬੈਠਕ ਵਿੱਚ ਜਦੋਂ ਅਸੀਂ ਕਿਸੇ ਵੱਡੀ ਸ਼ਖਸੀਅਤ ਨੂੰ ਨਹੀਂ ਮਿਲਦੇ ਜੀ ਤੇ ਸਾਡੇ ਦਿਮਾਗ 'ਚ ਉਹਦੇ ਬਾਰੇ 'ਚ ਇੱਕ ਹੋਰ ਇਮੇਜ ਹੁੰਦਾ ਹੈ ਸ਼ਾਇਦ ਬਹੁਤ ਬੁਲੰਦ ਸ਼ਾਇਦ ਕੋਈ ਉਤਾਰ ਕੋਈ ਖਾਤੂਨ ਹੈ ਤਾਂ ਕੋਈ ਅਫਸਰਾ ਕੋਈ ਦੇਵੀ ਲੇਕਿਨ ਜਦੋਂ ਤੁਸੀਂ ਉਹਨੂੰ ਮਿਲਦੇ ਹੋ ਉਹਨੂੰ ਕਰੀਬ ਤੋਂ ਦੇਖਦੇ ਹੋ ਤਾਂ ਤੁਹਾਡੇ ਇਮੇਜ ਦੋ ਤਰ੍ਹਾਂ ਬਦਲਦਾ ਜਾਂ ਤਾਂ ਉਹ ਥੱਲੇ ਆ ਜਾਂਦਾ ਜਾਂ ਹੋਰ ਬੁਲੰਦ ਹੋ ਕੇ ਪੁਖਤਾ ਹੋ ਜਾਂਦਾ ਸਹੀ ਇਹੋ ਹੀ ਮੇਰੇ ਨਾਲ ਵੀ ਹੋਇਆ ਮੈਂ ਬੁਨਿਆਦੀ ਤੌਰ 'ਤੇ ਕਿਸੇ ਦੀ ਸ਼ਾਗਿਰਦੀ ਨਹੀਂ ਕੀਤੀ ਅਤੇ ਮੈਂ ਸੈਲਫ ਮੇਡ ਪੋਇਟ ਹਾਂ ਲੇਕਿਨ ਅਗਰ ਮੇਰਾ ਕੋਈ ਰੂਹਾਨੀ ਉਸਤਾਦ ਹੈ ਜੀ ਤਾਂ ਉਹ ਅਸਦੁੱਲਾ ਖਾਨ ਗਾਲਿਬ ਹੈ ਬਹੁਤ ਖੂਬ ਜਿਨ੍ਹਾਂ ਦਾ ਉਹ ਜਿਹੜਾ ਸ਼ੇਰ ਹੈ ਅਫਾਕੀ ਕਿ ਹੈ ਕਹਾਂ ਤਮੰਨਾ ਕਾ ਦੂਸਰਾ ਕਦਮ ਯਾ ਰੱਬ ਹੈ ਕਹਾਂ ਤਮੰਨਾ ਕਾ ਦੂਸਰਾ ਕਦਮ ਯਾ ਰੱਬ ਹਮਨੇ ਦਸ਼ਤੇ ਇਮਕਾਂ ਕੋ ਇੱਕ ਨਕਸ਼ ਪਾ ਪਾਇਆ ਬਹੁਤ ਮੈਂ ਐਸੇ ਵੱਡੇ ਆਦਮੀ ਦਾ ਸ਼ਾਗਿਰਦ ਹਾਂ ਜਿਹੜਾ ਕਹਿੰਦਾ ਹੈ ਕਿ ਇਹ ਦੁਨੀਆ ਕੀ ਹੈ ਇਹ ਕਾਇਨਾਤ ਕੀ ਹੈ ਇਹ ਸਿਰਫ ਇਨਸਾਨ ਦੇ ਨਕਸ਼ ਕਦਮ ਹੈ ਕੁਛ ਵੀ ਨਹੀਂ ਹੈ ਹਮਨੇ ਦਸ਼ਤੇ ਇਮਕਾਂ ਕੋ ਦਾ ਵਰਲਡ ਆਫ ਪੋਸੀਬਿਲਿਟੀਜ਼ ਇਹ ਕੀ ਹੈ ਇਹ ਜਸਟ ਅ ਫਿੰਗਰ ਫੁੱਟਪ੍ਰਿੰਟ ਔਰ ਜਬ ਹਮਨੇ ਇਹ ਗੁਜ਼ਰ ਗਏ ਇਸਸੇ ਤੋ ਇਹ ਖੁਦਾ ਤੂੰ ਮੇਰੇ ਬਤਾ ਕਿ ਜੋ ਮੇਰੇ ਅੰਦਰ ਤੜਪ ਹੈ ਜਿਹੜੀ ਮੇਰੇ ਅੰਦਰ ਤਮੰਨਾ ਦੇ ਲੰਬੂ ਬਲਦੇ ਨੇ ਉਹਦੇ ਵਾਸਤੇ ਮੈਂ ਅਗਲਾ ਕਦਮ ਕਿਤੇ ਰੱਖਾਂ ਆਪਣੀ ਤਮੰਨਾ ਨੂੰ ਕਿਵੇਂ ਪੂਰੀ ਕਰਾਂ ਠੀਕ ਇਹ ਕ੍ਰੀਏਟੀਵਿਟੀ ਹੈ ਮੈਂ ਸ਼ਾਇਰੀ ਇਸੇ ਜਜ਼ਬੇ ਅਤੇ ਇਸੇ ਪੈਸ਼ਨ ਨਾਲ ਕੀਤੀ ਅੱਛਾ ਕੋਈ ਐਸੀ ਪਰਸਨੈਲਿਟੀ ਜਿਹਨੂੰ ਤੁਸੀਂ ਮਿਲੇ ਔਰ ਤੁਹਾਨੂੰ ਲੱਗਾ ਕਿ ਤੁਸੀਂ ਤਾਂ ਇਹਨਾਂ ਨੂੰ ਜਾਣਦੇ ਨਹੀਂ ਸੀ ਮਿਲ ਕੇ ਸਹੀ ਜਾਣਦੇ ਹੋ ਔਰ ਜਿੰਨੀ ਕਿੰਨੇ ਕਦਾਵਰ ਨੇ ਉਹ ਇਹ ਤੁਹਾਨੂੰ ਮਿਲ ਕੇ ਪਤਾ ਲੱਗਾ ਦੇਖੋ ਜੀ ਮੈਂ ਬੇਸ਼ੁਮਾਰ ਲੋਕਾਂ ਨੂੰ ਮਿਲਿਆ ਮੈਂ ਮੇਰੀ ਖੁਸ਼ਨਸੀਬੀ ਰਹੀ ਕਿ ਪੀਟੀਵੀ ਦੇ ਹਵਾਲੇ ਨਾਲ ਜਦੋਂ ਅਨਕ ਵਾਲਾ ਜਿਨ ਹੋਇਆ ਤਾਂ ਮੈਂ ਆਲਮੋਸਟ ਮਾਈਸੈਲਫ ਵਜ਼ੀ ਵੀ ਆਈ ਪੀ ਕੋਈ ਫੰਕਸ਼ਨ ਕੋਈ ਤਕਰੀਬ ਮੇਰੇ ਤੋਂ ਬਗੈਰ ਮੇਰੇ ਲੋਕਾਂ ਤੋਂ ਬਗੈਰ ਨਹੀਂ ਸੀ ਹੁੰਦੀ ਮੈਂ ਗਵਰਨਰਸ ਨੂੰ ਵੀ ਮਿਲਿਆ ਮੈਂ ਇਸ ਮੁਲਕ ਦੇ ਵਜ਼ੀਰ ਆਜ਼ਮਾਂ ਨੂੰ ਵੀ ਮਿਲਿਆ ਨਵਾਜ਼ ਸ਼ਰੀਫ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਮੇਰੀ ਉਸ ਜ਼ਮਾਨੇ 'ਚ ਜਦੋਂ ਮੈਂ ਅਦਬ ਦੀ ਦੁਨੀਆ 'ਚ ਇੱਕ ਨੋਨ ਐਂਟੀਟੀ ਸਾਂ ਅਤੇ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨਾਲ ਵੀ ਮੇਰੀ ਮੁਲਾਕਾਤ ਹੋਈ
ਤੇ ਸ਼ਾਇਰੀ 'ਚ ਤਾਂ ਖੈਰ ਸਾਰੇ ਸਾਰੇ ਪਿਆਰ ਕਰਦੇ ਆ, ਅਮਨ ਅਦੀਮ ਕਾਸਮੀ ਸਾਹਿਬ ਨਾਲ ਮੁਲਾਕਾਤ ਰਹੀ, ਕਤੀਲ ਚਫਾਈ ਸਾਹਿਬ ਨਾਲ, ਫਿਰ ਅਹਿਮਦ ਫਰਾਜ਼ ਸਾਹਿਬ ਨਾਲ, ਪ੍ਰਵੀਨ ਸ਼ਾਕਿਬ ਨਾਲ, ਯੂ ਨੇਮ ਇਟ, ਐਂਡ ਆਈ ਮੈਟ ਹਿਮ ਔਰ ਹਰ। ਤੇ ਮੈਨੂੰ ਇਹਨੇ ਮੈਂ ਫੈਸਲਾ ਨਹੀਂ ਕਰ ਸਕਦਾ ਕਿ ਇਹਨੇ ਸਭ ਲੋਕਾਂ 'ਚ ਮੈਨੂੰ ਸਭ ਤੋਂ ਅੱਛਾ ਕੌਣ ਲੱਗਾ। ਅੱਛਾ, ਸਿਆਸਤਦਾਨਾਂ ਦੀ ਗੱਲ ਤਾਂ ਹੋਰ ਹੈ, ਕਿਉਂਕਿ ਮੈਂ ਸਮਝਣਾ ਕਿ ਲੀਡਰਸ਼ਿਪ ਜਾਂ ਰਹਿਨੁਮਾ ਜਿਹੜੇ ਨੇ ਉਹਨਾਂ ਦੇ ਬਾਰੇ ਖਿਆਲਤ ਬਦਲਤੇ ਤੇ ਬਣਦੇ ਰਹਿੰਦੇ ਨੇ। ਬਿਲਕੁਲ, ਜਿਸ ਤਰ੍ਹਾਂ ਪਰਫਾਰਮ ਕਰਦੇ ਨੇ ਵੈਸੇ ਵੈਸੇ ਲੋਕਾਂ ਦੇ ਖਿਆਲਾਤ ਔਰ ਇਮੇਜਸ ਡਿਵੈਲਪ ਹੁੰਦੇ ਰਹਿੰਦੇ ਨੇ ਔਰ ਬਦਲਦੇ ਰਹਿੰਦੇ ਨੇ। ਲੇਕਿਨ ਐਜ਼ ਏ ਲੀਡਰ ਮੈਂ ਸਭ ਤੋਂ ਵੱਡਾ ਲੀਡਰ ਕਾਇਦ ਆਜ਼ਮ ਮੁਹੰਮਦ ਅਲੀ ਜਿੰਨਾ ਨੂੰ ਸਮਝ, ਅੱਲਾਹ ਉਹਨਾਂ ਨੂੰ ਜੰਨਤ ਨਸੀਬ ਕਰੇ। ਉਸ ਤੋਂ ਬਾਅਦ ਜ਼ੁਲਫਕਾਰ ਅਲੀ ਭੁੱਟੋ ਸਾਹਿਬ, ਮੈਂ ਸਮਝਣਾ ਕਿ ਉਹਨਾਂ ਨੇ ਹੀ ਹੈਡ ਰੀਅਲ ਲੀਡਰਸ਼ਿਪ ਕੁਆਲਿਟੀਜ਼। ਸਹੀ। ਔਰ ਤੀਸਰੇ ਨਵਾਜ਼ ਸ਼ਰੀਫ ਸਾਹਿਬ ਨੇ, ਜਿਨ੍ਹਾਂ ਕੋਲੋਂ ਬਹੁਤ ਉਮੀਦ ਹੈ ਕਿ ਉਹ ਪਾਕਿਸਤਾਨ ਵਾਸਤੇ ਕੁਝ ਅੱਛਾ ਕਰਨਗੇ। ਜੀ। ਮਗਰ ਸ਼ਾਇਰੀ ਵਿੱਚ ਗਾਲਿਬ ਤੋਂ ਬਾਅਦ ਅਗਰ ਮੈਂ ਕਿਸੇ ਨੂੰ ਸ਼ਾਇਰ ਬਹੁਤ ਅਜ਼ੀਮ ਸਮਝਣਾ ਤਾਂ ਅਲਾਮਾ ਇਕਬਾਲ ਨੇ, ਔਰ ਉਸ ਤੋਂ ਬਾਅਦ ਫੈਜ਼ ਅਹਿਮਦ ਫੈਜ਼ ਨੇ ਵਾਕਈ, ਔਰ ਉਸ ਤੋਂ ਬਾਅਦ ਅਹਿਮਦ ਅਦੀਮ ਕਾਸਮੀ, ਅਹਿਮਦ ਫਰਾਜ਼, ਪਰਵੀਨ ਸ਼ਾਕਿਰ, ਖਾਲਿਦ ਅਹਿਮਦ, ਨਜੀਬ ਅਹਿਮਦ, ਸਭ ਉਨਕੇ ਸ਼ੈਡੋਜ਼ ਮੇਂ ਬੈਠ ਕੇ ਦੇਖਤੇ। ਵਾਕਈ ਸਹੀ। ਇੱਕ ਆਦਮੀ ਜੋ ਮੇਰਾ ਸਹੀ ਮਾਇਨੋ ਮੇਂ ਦੋਸਤ ਥਾ, ਅਗਰ ਸੋ ਬਹੁਤ ਸੀਨੀਅਰ ਥੇ, ਉਹ ਥੇ ਕਤੀਲ ਸ਼ਫਾਈ ਸਾਹਿਬ। ਕਤੀਲ ਸ਼ਫਾਈ ਸਾਹਿਬ ਨਾਲ ਮੇਰੀ ਮੁਹੱਬਤ ਜਿਹੜੀ ਸੀ ਨਾ, ਉਹ ਦੋ ਲੈਵਲ ਸੀ। ਇੱਕ ਤਾਂ ਸ਼ਾਇਰੀ, ਖੈਰ ਲਿਰੀਕਲ ਪੋਇਟ ਸਨ ਉਹ ਬੜੇ ਅੱਛੇ, ਦੂਸਰਾ ਉਹ ਇਨਸਾਨ ਬੜੇ ਅੱਛੇ ਸਨ, ਔਰ ਦੋਸਤ ਬਹੁਤ ਆਲਾ ਉਹਨਾਂ ਨਾਲ, ਰਿਲੇਸ਼ਨਸ਼ਿਪ ਬਹੁਤ ਪਰਸਨਲ ਔਰ ਮੁਹੱਬਤ ਵਾਲਾ ਸੀ। ਅੱਛਾ। ਅਤੇ ਉਹ ਅਕਸਰ ਮੈਨੂੰ ਜ਼ਿੰਦਗੀ ਦੇ ਮਾਮਲਾ 'ਚ ਮਸ਼ਵਰੇ ਦਿੰਦੇ ਹੁੰਦੇ ਸਨ, ਅਤੇ ਉਹਨਾਂ ਦੇ ਮਸ਼ਵਰੇ ਬੜੇ ਅੱਛੇ ਵੀ ਹੁੰਦੇ ਸਨ। ਉਸ ਤੋਂ ਬਾਅਦ ਕਾਸਮੀ ਸਾਹਿਬ ਦੀ ਸ਼ਾਇਰੀ ਕੋਲੋਂ ਮੈਂ ਬੜਾ ਇੰਸਪਾਇਰਡ ਸਾਂ, ਔਰ ਕਾਸਮੀ ਸਾਹਿਬ ਦੀ ਇੱਕ ਗੱਲ ਮੈਨੂੰ ਸਾਰੀ ਜ਼ਿੰਦਗੀ ਯਾਦ ਰਹੇਗੀ। ਮੈਂ ਉਹਨੂੰ ਕੋਲ ਗਿਆ, ਮੈਂ ਕਿਹਾ ਕਾਸਮੀ ਸਾਹਿਬ ਮੈਨੂੰ ਕੋਈ ਆਪਣੇ ਵਤਨ ਵਾਸਤੇ ਕੋਈ ਚੀਜ਼ ਲਿਖ ਦਿਓ। ਵਿਕਲਮਾ ਮੈਨੂੰ ਦੇਖਦੇ ਰਹੇ। ਅੱਛਾ। ਕਹਿਣ ਲੱਗੇ, ਯਾਰ ਹਫੀਜ਼, ਤੂੰ ਅੱਲਾਹ ਕੋਲੋਂ ਦੁਆ ਕਰ ਕਿ ਖੁਦਾ ਮੈਨੂੰ ਅਤਾ ਕਰੇ, ਅਤੇ ਮੈਂ ਲਿਖ ਦਿਆਂ। ਅੱਛਾ, ਇਹ ਅਤਾ ਦਾ ਹੀ ਕੰਮ ਹੈ? ਅਤਾ ਦਾ ਕੰਮ। ਐਸਾ ਨਹੀਂ ਹੈ ਕਿ ਤੁਸੀਂ ਇੰਜ ਬੈਠੇ ਸੋਚਿਆ ਤੇ ਤੁਸੀਂ ਲਿਖ? ਨਹੀਂ ਹੁੰਦਾ।